ਜੀ ਮੈਂ ਮੁਹੰਮਦ ਸੁਹੇਲ, ਤੁਸੀਂ ਵੇਖਦੇ ਪਏ ਯੂਟਿਊਬ ਚੈਨਲ ਸੁਹੇਲ ਅਬਾਸ ਵਲੋਗ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਤੋਂ ਪਹਿਲੇ ਸਟਾਰਟ ਦੇ ਦਿਓ। ਇਸ ਕਰਨਾ ਕਿ ਸਾਰੇ ਬਾਈ ਫੈਨ ਵਾਲੇ ਬਿਸਮਿਲ੍ਲਾ ਪੜ੍ਹ ਕੇ ਅੱਜ ਦਾ ਵਲੋਗ ਕਰਨੇ ਸਟਾਰਟ। ਮਾਸ਼ਾਅੱਲਾ ਸੁਬਹ ਸੁਬਹ ਦਾ ਟਾਈਮ ਹੈ, ਤਕਰੀਬਨ 6:30 ਦਾ ਟਾਈਮ ਹੈ, ਆਪਣੇ ਕੰਮ 'ਤੇ ਜਾ ਰਿਹਾ। 86 MM ਦੀ ਜ਼ਿਆਦਾ ਮੈਂ ਕਿਹਾ ਕਿ ਉਹਨਾਂ ਦੋਸਤਾਂ ਨੂੰ ਅੱਜ ਦਾ ਵਲੋਗ ਬਣਾ ਕੇ ਦੱਸੀਏ। ਸੁਬਹਾ ਸੁਬਹਾ ਚੱਲ ਰਹੀ ਹੈ, ਨਾਲੋਂ ਟੱਪੋ ਤਾਂ ਸਕੂਨ ਆ ਜਾਂਦਾ ਹੈ ਕਿ ਥੋੜ੍ਹੀ ਜਿਹੀ ਠੰਡ ਵੀ ਆ ਨਾ ਸੁਬਹਾ, ਤਾਂ ਨਾਲੋਂ ਟੱਪਦਾ ਬੰਦਾ ਤਾਂ ਸਕੂਨ ਆ ਜਾਂਦਾ ਹੈ, ਆਰਾਮ ਆਉਂਦਾ ਕਿ ਸਰਦੀ ਥੋੜ੍ਹੀ ਵੱਜ ਗਏ ਹੈ। ਤਾਂ ਮਾਸ਼ਾਅੱਲਾ ਤਕਰੀਬਨ ਇਹਨਾਂ ਨੇ 77 ਚੱਕ ਦੀ ਤਰਫ ਅੱਧਾ ਟੋਟਾ ਇਹਨਾਂ ਨੇ ਬਜਰੀ ਪਾ ਕੇ ਉੱਤੇ ਬੜੋਲਾ ਫੇਰ ਛੱਡਿਆ ਜਿਹੜਾ ਹੁੰਦਾ ਹੈ ਰੂਲਾ, ਅਤੇ ਉਸ ਤੋਂ ਬਾਅਦ ਇਹਨਾਂ ਨੇ ਅੱਜ ਮੇਰੇ ਖਿਆਲ 'ਚ ਬਰੀਕ ਬਜਰੀ ਪਾਣੀ। ਉਮੀਦ ਕਾਫੀ ਹੈ ਕਿ ਇਹਨਾਂ ਨੇ ਕੱਲ੍ਹ ਜਾਂ ਪਰਸੋਂ ਤੱਕ 77 ਚੱਕ ਤੀਕਰ ਬਣਾ ਦੇਣਾ। ਅਗਾਂਹ ਵੀ ਕਾਫੀ ਦੂਰ ਜਾ ਰਹੇ, 86 ML ਨੂੰ ਜਾਣਾ ਹੈ, ਉਸ ਤੋਂ ਬਾਅਦ 85 ML ਨੂੰ ਜਾਣਾ ਹੈ, ਅੱਜ ਕੰਮ 'ਤੇ ਜਾਣਾ ਹੈ ਆਪਣੇ। ਅੱਜ ਅਸੀਂ ਜਾਣਾ 86 'ਚ, ਤਾਂ ਲੇਟ ਵੀ ਹੋ ਗਈ ਤਾਂ ਕੋਈ ਨਹੀਂ, ਖੈਰ ਹੈ ਤੁਹਾਡਾ ਲੇਟ ਵੀ ਚੱਲ ਜਾਏਗਾ, 86 ਨੇੜੇ ਹੀ ਹੈ। 86 ML ਫਿਰ ਕੇ ਛੋਟਾ 86 ਵਾਲਾ 86 ਫਿਰ ਕੇ ਬੁਲਾ ਰਹੇ ਹਾਂ 85 ਸਾਈਆ ਵਾਲੇ ਨੂੰ, ਤਾਂ 48 ਵਾਲਾ ਰੋਡ ਲੈ ਕੇ ਜਾ ਰਹੇ ਹਾਂ 85 ਚੱਕ। ਉਸ ਤੋਂ ਬਾਅਦ ਇਨਸ਼ਾਅੱਲਾ ਉਮੀਦ ਹੈ ਕਿ 76 ਨੂੰ ਜਾਣਾ ਹੈ, ਮਜ਼ੀਦ ਪਤਾ ਲੱਗ ਜਾਏਗਾ 85 ਫਿਰਾਂਗੇ, ਪਤਾ ਲੱਗੇਗਾ ਕਿੱਧਰ ਜਾਣਾ ਕਿੱਧਰ ਨਹੀਂ। ਤਾਂ ਇਨਸ਼ਾਅੱਲਾ 85 ਫਿਰ ਕੇ ਤਾਂ ਫਿਰ ਮਿਲਦੇ ਹਾਂ ਜੀ। ਅਸੀਂ ਜਾ ਰਹੇ ਹਾਂ ਹੁਣ 76 'ਚ ਫਿਰ ਕੇ ਘਰ ਨੂੰ ਆਪਣੇ ਨੂੰ, ਤਾਂ ਟਾਈਮ ਤਕਰੀਬਨ 12 ਵੱਜ ਚੁੱਕੇ ਨੇ ਪੂਰੇ, ਤਾਂ ਇਸ ਪਰੋਂ